द्वारा विधानसभा हलका गिल में अपना चुनाव प्रचार तेज करते हुए आज गांव-गांव जाकर दौरा किया गया और उन्होंने लोगों को कांग्रेस पार्टी की नीतियों के बारे में भी जानकारी दी और कांग्रेस पार्टी की मैनिफेस्टो के बारे में लोगों को जागरूक कराया। मारदे सी ओ बसां च मिद के, हुण 2 साल च कोई मारिया, हुण क्यों बंदे दे पुत बन गए? हुण जे कोई जिहड़ी लीगल परमिट ते उहनां दी बस आ, उह चलदी होऊगी। जिहड़ियां मौत दीआं मौत बनिया फिरदियां सी, घुमदियां सी, जिन्हां दे मुरे स्कॉटां लगियां हुंदियां सी, रैड लाइटां ते नहीं रुकदियां सी, ਉਹ ਮੈਂ ਦੱਸ ਰਿਹਾ ਵੀ ਕਿੰਨੇ ਬੰਦਿਆਂ ਦੀਆਂ ਰੋਜ਼ ਮੌਤਾਂ ਹੁੰਦੀਆਂ ਸੀ, ਤੁਸੀਂ ਕਵਰ ਕਰਦੇ ਸੀ ਵੀ ਥੱਲੇ ਆ ਕੇ। ਹੁਣ ਕਦੇ ਆਰਬਿਟ ਬੱਸ 'ਚ ਕਿਉਂ ਨਹੀਂ ਕੋਈ ਬੰਦਾ ਥੱਲੇ ਆਇਆ? ਹੁਣ ਬੰਦੇ ਦੇ ਪੁੱਤ ਕਿਉਂ ਬਣੇ ਹੋਏ ਨੇ? ਉਹ ਮੈਂ ਤਾਂ ਇਹ ਗੱਲ ਕਰ ਰਿਹਾ ਸੀ। ਅੱਜ ਜਿਹੜੇ ਰਮਦੀਪ ਸਿੰਘ ਬਿੱਟੂ ਜੋ MP ਦੀ ਇਲੈਕਸ਼ਨ ਲੜ ਰਹੇ ਆ, ਸਾਰੇ ਪਿੰਡਾਂ ਦੇ ਇਲਾਕੇ ਨੇ ਪੂਰਾ ਵਿਸ਼ਵਾਸ ਦਵਾਇਆ, ਉਹਨੂੰ ਪੂਰਾ ਜੋਸ਼ ਨਾਲ ਵਿਸ਼ਵਾਸ ਦਵਾਇਆ ਵੀ ਜਿਹੜੀ ਇੱਕ ਇੱਕ ਵੋਟ ਆਪਾਂ ਜਿੱਤ ਲਾ ਕੇ ਇਹਨਾਂ ਨੂੰ ਕਾਮਯਾਬ ਕਰਾਂਗੇ। ਸਭ ਤੋਂ ਵੱਡੀ ਗੱਲ ਜਿਹੜੇ ਬਿਆਸੋਂ ਦੇ ਪੋਤੇ ਨੇ ਉਹਨਾਂ ਦੀ ਦੇਣ ਆ, ਜਿਹੜੇ ਪੰਜਾਬ ਦੇ ਮਾੜੇ ਦਿਨ ਸੀ ਸ਼ਾਂਤੀ ਲਾਉਣ ਲਈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਉਹਨਾਂ ਦੀ ਬਦੌਲਤੀ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰਾਂਗੇ। ਇਸ ਵੇਲੇ ਸਾਰਿਆਂ ਤੋਂ ਇੱਕ ਨੰਬਰ 'ਤੇ ਜਾ ਰਹੇ ਨੇ ਬਿੱਟੂ ਜੀ, ਸਭ ਤੋਂ ਮੂਹਰੇ ਜਾ ਰਹੇ ਨੇ। ਜੋ ਕਿ ਇਹਨਾਂ ਦੇ ਵਿਚਾਰ ਨੇ ਜਾਂ ਉਹਨਾਂ ਦੇ ਕੰਮਕਾਰ ਨੇ, ਜੋ ਇਹਨਾਂ ਨੇ ਸਿੱਖਿਆ ਆਪਣੇ ਦਾਦਾ ਜੀ ਤੋਂ ਲਈ ਆ, ਉਹਨਾਂ ਦੇ ਪੂਰਨਿਆਂ 'ਤੇ ਚੱਲ ਰਹੇ ਨੇ। ਜੋ ਇਹਨਾਂ ਨੇ ਕੰਮ ਕੀਤੇ ਨੇ ਜਾਂ ਪਿੱਛੇ 5 ਸਾਲਾਂ 'ਚ ਲੋਕਾਂ ਦਾ ਸਹਿਯੋਗ ਦਿੱਤਾ, ਲੋਕਾਂ ਦੇ ਕੰਮ ਕੀਤੇ ਨੇ, ਉਹ ਬਹੁਤ ਵਧੀਆ ਇਹਨਾਂ ਨੇ ਕੰਮ ਕੀਤੇ ਨੇ। ਸਾਡਾ ਪਿੰਡ ਪਹਿਲਾਂ ਤੋਂ ਹੀ ਕਾਂਗਰਸ ਹੀ ਰਿਹਾ ਜੀ, ਕਿਉਂਕਿ ਜਗਦੇਵ ਸਿੰਘ ਜੱਸੋਵਾਲ ਦਾ ਇੱਥੇ ਬੜਾ ਅਸਰ ਆ, ਇਸ ਕਰਕੇ ਸਾਡੇ ਪਿੰਡ ਦੇ ਵਿੱਚ ਤਕਰੀਬਨ 80% ਵੋਟ ਕਾਂਗਰਸ ਨੂੰ ਭੁਗਤੂਗੀ। ਅਤੇ ਉਹਨਾਂ ਨੇ ਪਿੰਡ ਦੇ ਵਿੱਚ ਵਿਕਾਸ ਵੀ ਕਰਾਇਆ, ਕਿਉਂਕਿ ਗਰਾਂਟਾਂ ਵੀ ਦਿੱਤੀਆਂ ਨੇ ਅਤੇ ਇੱਕ ਜਿੰਮ ਵੀ 3 ਲੱਖ ਲਾ ਕੇ ਉਹਨਾਂ ਨੇ ਬਣਵਾਇਆ ਵਾ। ਇਸ ਕਰਕੇ ਬਿੱਟੂ ਤੋਂ ਲੋਕ ਬੜੇ ਖੁਸ਼ ਨੇ ਅਤੇ ਆਉਣ ਵਾਲੇ ਟਾਈਮ 19 ਤਰੀਕ ਨੂੰ ਪੂਰੀ ਲੀਡ ਬਣੂਗੀ ਜੱਸੋਵਾਲ।